तू शिरवा दे बापू। अज साखी दे पवित्र दिहाड़े मैं गुरु साहब की बेअदबी की साजिश नूं बेनकाब करना है। सच की आवाज बुलंद करना है। यो पवित्र धरती है गुरद्वार सिंह गुरद्वारा साहब जिथों गुरु साहब के पावन स्वरूप चोरी हुए। जरा गुरु का ना हो सकिया वो पंजाब का की हो। गुरु तो पंजाब की आत्मा। भाई जी शतरंज की एक बिसात बची, शतरंज की एक बिसात बिछी है। तो जड़े हुक्म देने वाले राजा ते वजीर सी उन्हां दी किलाबंदी की है, उन्हां नूं महफूज रख्या गया है। ते वार हो रहे ने प्यादियां ते, कटघरे च खड़े किते जा रहे ने प्यादे। जलियांवाले बाग दा साका होया, उहदे दुख ने सारे भारत दे हिरदे बुलंद ते, देश कट्ठा हो गया, नैशनल इंटीग्रेशन दा ओह धुरा बन गया। शहीद आजम उधम सिंह ने बदला वह तो लिया सी जिन्हें गोली चलाउण दा हुक्म दिता सी। हुक्म देन वाला वड्डा गुनाहगार है उन्हां तो जिन्हें गोली चलाई सी, यही इंसाफ है। अज मैं इत्थे खड़ो के एक डिमांड रखदा कि जिस तरह जस्टिस रणजीत सिंह कमिशन की रिपोर्ट सार्वजनिक कीती सी, पब्लिक च रखी गई सी, उस तरह जड़ी ड्रग्स वाली रिपोर्ट है हरप्रीत सिद्धू साहब की, तो जड़ी इस बेअदबी कांड की कौर विजय प्रताप जी की रिपोर्ट है उन्हें सार्वजनिक किया जाए, उन्हें पब्लिक च रखा जाए और लोगों सन्मुख किया जाए। जिस तरह जस्टिस रणजीत सिंह की रिपोर्ट विधानसभा रख के पब्लिक की गई सी, भाजी कानून कदे भी देख लियो तत्थां दे आधार दे उत्ते फैसले करता है। ते जे तत्थ ही कमजोर होण और तत्थ पेश करन वाले कमजोर होण ते फिर फैसले भी उही नहीं। अज सारा पंजाब पुछदा है और टंके की चोट ते पुछदा है भी की गुरु साहब नालों भी अहम कोई केस सी। तथ्य पेश करन वाले वकील कमजोर क्यों? फिर दुनिया का सब तो बड़ा वकील एक नहीं दो तीन उत्थे क्यों नहीं खड़े किए? ये अनगौली क्यों? अरसे तो पंजाब रीकदा सी इस फैसले नूं। जून 2015 दे विच सरूप चुराए गए सी, ते आ दो महीनों बाद छे साल हो जाणगे। छे साल ते छे साल पंजाब नूं इंसाफ नूं उड़ीकदे होंगे। मैनूं याद है मैं अमृतसर MP हुंदा ते एक मेरा यार दोस्त जिहड़ा अमरीका जुडिशरी का वड्डा अफसर सी उत्थे आया, दरबार साहब मत्था टेकन गया ते बाहर उत्थे रश बहुत सी
ਤੇ ਉਹਦੀ ਪਾਕਟ ਮਾਰ ਲਈ ਕਿਸੇ ਵਾਪਸ ਆਇਆ ਮੱਥੇ ਹੱਥ ਰੱਖਾ ਬੈਠਾ ਮੇਰੇ ਕੋਲ ਮੈਨੂੰ ਕਹਿੰਦਾ ਐਂ ਰੱਖੀ ਬੈਠਾ ਮੈਨੂੰ ਕਹਿੰਦਾ ਵੀ ਉਹਦੇ 'ਚ ਕਾਰਡ ਸੀ ਉਹਦੇ 'ਚ ਬਹੁਤ ਮੇਰੇ ਇਹੋ ਜਿਹੇ ਕਾਗਜ਼ ਮੈਨੂੰ ਪੈਸਿਆਂ ਦੀ ਫਿਕਰ ਨਹੀਂ ਉਹਨਾਂ ਦੀ ਉਦੋਂ ਕੋਰਟ ਵਿਜੇ ਪ੍ਰਤਾਪ ਉੱਥੇ ਕਮਿਸ਼ਨਰ ਹੁੰਦਾ ਮੈਂ ਉਹਨੂੰ ਫੋਨ ਕੀਤਾ ਅਤੇ ਇੰਸਪੈਕਟਰ ਆ ਗਿਆ ਅਤੇ ਮੈਂ ਇੰਸਪੈਕਟਰ ਨੂੰ ਕਿਹਾ ਵੀ ਪੰਜਾਬ ਦੀ ਇੱਜ਼ਤ ਦਾ ਸਵਾਲ ਹੈ ਸਾਡੀ ਨੱਕ ਦਾ ਸਵਾਲ ਹੈ ਘੋਕ ਕਰ ਭਾਈ ਅਤੇ ਘੰਟੇ ਦੋ ਦੇ ਵਿੱਚ ਬਟੂਆ ਬਰਾਮਦ ਹੋ ਗਿਆ ਸੀ ਪੈਸੇ ਸਮੇਤ ਕਾਰਡਾਂ ਸਮੇਤ ਜਿੱਥੇ ਚਾਹ ਹੈ ਉੱਥੇ ਰਾਹ ਹੈ ਪੰਜਾਬ ਪੁਲਿਸ ਕਾਬਲ ਹੈ ਜੇ ਚਾਹ ਹੋਊਗੀ ਤਾਂ ਰਾਹ ਹੋਊਗੀ ਬਹਾਦਰ ਸ਼ਾਹ ਔਰੰਗਜ਼ੇਬ ਦਾ ਪੁੱਤਰ ਇੱਕ ਵਾਰ ਗੁਰੂ ਸਾਹਿਬ ਦਸ਼ਮੇਸ਼ ਪਿਤਾ ਦੀ ਅਰਦਲ 'ਚ ਹਾਜ਼ਰ ਹੋਇਆ ਹਾਜ਼ਰ ਹੋਇਆ ਸੀ ਉਹ ਦਸ਼ਮੇਸ਼ ਪਿਤਾ ਦੀ ਅਰਦਲ 'ਚ ਅਤੇ ਉਹਨੇ ਇੱਕ ਫਰਿਆਦ ਰੱਖੀ ਸੀ ਇੱਕ ਗੁਹਾਰ ਲਾਈ ਸੀ ਉਹਦੇ ਭਾਈ ਆਜ਼ਮ ਸ਼ਾਹ ਨੇ ਸ਼ੜਯੰਤਰ ਰਾਹੀਂ ਉਹਦਾ ਰਾਜ ਹਥਿਆ ਲਿਆ ਸੀ ਅਤੇ ਗੁਰੂ ਸਾਹਿਬ ਨੇ ਜਦੋਂ ਉਹਨੇ ਹੱਥ ਬੰਨੇ ਅਤੇ ਗੁਰੂ ਸਾਹਿਬ ਨੇ ਉਹਨੂੰ ਕਿਹਾ ਕਿ ਭਾਈ ਤੇਰਾ ਰਾਜ ਵਾਪਸ ਕਰਾ ਦਿਆਂ ਪਰ ਕੀ ਤੂੰ ਸੂਬਾ ਸਰਹੰਦ ਜ਼ਾਲਮ ਵਜ਼ੀਰ ਖਾਨ ਕੀ ਇਹਨਾਂ ਨੂੰ ਸਜ਼ਾ ਯਾਫਤਾ ਕਰੇਗਾ ਜਿਹੜੇ ਪਹਾੜੀ ਰਾਜੇ ਸ਼ੜਯੰਤਰ ਕਰਦੇ ਸੀ ਇਹਨਾਂ ਨੂੰ ਸਜ਼ਾ ਯਾਫਤਾ ਕਰੇਗਾ ਉਹਨੇ ਵਚਨ ਦਿੱਤਾ ਗੁਰੂ ਸਾਹਿਬ ਵਚਨ ਦੀ ਮਹੱਤਵਤਾ ਨੂੰ ਬਹੁਤ ਬਹੁਤ ਮਾਨਤਾ ਦਿੰਦੇ ਉਹਨੇ ਵਚਨ ਦਿੱਤਾ ਕਿ ਮੈਂ ਕਰੂੰਗਾ ਜੰਗ ਹੋਈ ਆਹਮਣੇ ਸਾਹਮਣੇ ਬਹਾਦਰ ਸ਼ਾਹ ਅਤੇ ਆਜ਼ਮ ਸ਼ਾਹ ਅਤੇ ਸ਼ੁਰੂ ਹੋਣ ਸਾਰ ਹੀ ਇੱਕ ਤੀਰ ਆਇਆ ਅਤੇ ਉਹਦੀ ਛਾਤੀ ਆਜ਼ਮ ਸ਼ਾਹ ਦੀ ਭੇਦ ਗਿਆ ਢੈਟੇਰੀ ਕਰ ਜਿੱਤ ਹੋਈ ਔਰ ਬਹਾਦਰ ਸ਼ਾਹ ਦੀ ਤਾਜਪੋਸ਼ੀ ਹੋਈ ਗੁਰੂ ਸਾਹਿਬ ਦੀ ਹਾਜ਼ਰੀ 'ਚ ਗੁਰੂ ਸਾਹਿਬ ਦਾ ਉੱਚਾ ਆਸਣ ਲੱਗਿਆ ਮਾਨ ਸਨਮਾਨ ਨਾਲ ਔਰ ਫਿਰ ਬਹਾਦਰ ਸ਼ਾਹ ਦੀ ਤਾਜਪੋਸ਼ੀ ਹੋਈ ਗੁਰੂ ਸਾਹਿਬ ਉੱਥੋਂ ਵਾਪਸ ਚਲੇ ਗਏ ਹਜ਼ੂਰ ਸਾਹਿਬ ਅਤੇ ਚੱਕ 'ਚ ਆ ਕੇ ਆਪਣੇ ਵਜ਼ੀਰਾਂ ਦੀ ਬਹਾਦਰ ਸ਼ਾਹ ਮੁਕਰ ਗਿਆ ਉਹ ਵਾਅਦੇ ਤੋਂ ਮੁਕਰ ਗਿਆ ਅਤੇ ਫਿਰ ਉਸ ਸ੍ਰਿਸ਼ਟੀ ਦੇ ਦਾਤਾ ਉਸ ਸਾਹਿਬ ਕਮਾਲ ਦੀ ਪ੍ਰੇਰਣਾ ਸਹਿਤ ਤੈਰਾਗੀ ਬੰਦਾ ਸਿੰਘ ਬਹਾਦਰ ਜਿਨ੍ਹਾਂ ਦਾ ਨਾਮ ਮਾਧੋ ਦਾਸ ਤੈਰਾਗੀ ਜਿਹਨਾਂ ਨੂੰ ਪ੍ਰੇਰਣਾ ਦਿੱਤੀ ਗੁਰੂ ਸਾਹਿਬ ਨੇ ਜਿਹੜੇ ਰੱਬ ਦੀ ਲੋਅ 'ਚ ਇੱਕ ਹੋ ਕੇ ਉਸ ਆਨੰਦ 'ਚ ਰਹਿਣਾ ਚਾਹੁੰਦੇ ਸੀ ਅਤੇ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਜੇ ਗਰੀਬ ਦਾ ਦਰਦ ਨਹੀਂ ਦਿਖਦਾ ਉਹ ਮਹਿਸੂਸ ਨਹੀਂ ਕਰ ਸਕਦਾ ਅਤੇ ਫਿਰ ਰੱਬ ਮਹਿਸੂਸ ਕਿਸ ਤਰ੍ਹਾਂ ਹੋ ਸਕਦਾ ਅਲਖ ਜਾਗੀ ਉਹ ਹਾਜ਼ਰ ਹੋਏ ਗੁਰੂ ਸਾਹਿਬ ਤੋਂ ਇਜਾਜ਼ਤ ਮੰਗੀ ਕਿ ਮੈਂ ਸੂਬਾ ਸਰਹੰਦ ਜਾਣਾ ਚਾਹੁੰਦਾ ਥਾਪੜਾ ਮਿਲਿਆ ਸੂਬਾ ਸਰਹੰਦ ਗਿਆ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹਨਾਂ ਦੀ ਮਿਹਰ ਦੇ ਨਾਲ ਸਿੱਖ ਰਾਜ ਸਥਾਪਿਤ ਹੋਇਆ ਵਜ਼ੀਰ ਖਾਨਦਾਨ ਹੋਇਆ ਔਰ ਪਹਿਲੀ ਵਾਰ ਸਿੱਖ ਰਾਜ ਸਥਾਪਿਤ ਹੋਇਆ ਸਿੱਖਾਂ ਦਾ ਸਿੱਕਾ ਚੱਲਿਆ ਆਦਿ ਅਨੰਤ ਹੈ ਉਹਨੇ ਤੇ ਇਨਸਾਫ ਕਰਾ ਹੀ ਲੈਣਾ ਉੱਥੇ ਪਰਖਦਾ ਹੈ ਉੱਥੇ ਪਰਖਦਾ ਹੈ ਕਿ ਤੁਸੀਂ ਉਹਦੀ ਕਸੌਟੀ ਦੇ ਉੱਤੇ ਖਰੇ ਉਤਰੇ ਕਿ ਨਹੀਂ ਜਿਸ ਦਸ਼ਮੇਸ਼ ਪਿਤਾ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਉਹਦੇ ਮਨਸੂਬੇ ਲਈ ਜਿਹੜੀ ਦੋ ਸਿੰਘਾਂ ਨੇ ਸ਼ਹਾਦਤ ਦਿੱਤੀ ਗੁਰੂ ਦੀ ਬੇਅਦਬੀ ਦੇ ਇਨਸਾਫ ਦੇ ਲਈ ਉਸ ਸ਼ਹਾਦਤ ਦਾ ਰੁਤਬਾ ਵੀ ਉੱਚਾ ਤੇ ਸੁੱਚਾ ਹੱਕ ਹੱਕ ਅਗਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ
नाजरों मंसूर गुरु गोबिंद सिंह, ईजदी मंसूर गुरु गोबिंद सिंह, हक रा गंजूर गुरु गोबिंद सिंह, जुमला फैजे नूर गुरु गोबिंद सिंह, हक हक अगा गुरु गोबिंद सिंह, बादशाह दरवेश गुरु गोबिंद सिंह, बोले सो निहाल सत श्री अकाल। सारे आए मेरे नाल ते बड़ा इस गल का ਸਾਡੀ ਮਾਤਾ ਖੜੀ ਹੈ ਇਕੱਲੀ, ਸਾਰੇ ਛੱਡ ਗਏ ਗੁਰਦੁਆਰੇ। ਸੋ ਕਿਉਂ ਮੰਦਾ ਆਖੀਏ ਜਿਸ ਜੰਮੇ ਰਾਜਾ, ਮਤਲਬ ਗੁਰੂ ਸਾਹਿਬ ਨੇ ਜੋ ਦਰਜਾ ਇੱਥੇ ਦਿੱਤਾ ਨਾ, ਉਹ ਧਰਤੀ ਦੇ ਕਿਸੇ ਨੂੰ ਬਹੁਤ ਸੇਵਾ ਜਿੰਨੇ ਕਹਿ ਰਹੀ ਹੈ संघर्ष ना उन्हों का कहना सी। पर जो सुरखरू हों ना बंदा, ये मतलब संघर्ष नाल ही होंदा, जिहदा जिड्डा वड्डा इम्तिहान होंदा ना ਉਹਨੂੰ ਉਨੇ ਹੀ ਤਸੀਹੇ ਝੱਲ ਕੇ ਫਿਰ ਉਨਾ ਹੀ ਨਿਖਰਦਾ ਉਹ ਸੋਨਾ ਅੱਗ 'ਚ ਪੈ ਕੇ ਹੀ ਕੁੰਦਨ ਬਣਦਾ। ਸੋ ਉਹਦੀ ਰਜ਼ਾ 'ਚ ਰਾਜ਼ੀ ਰਹੀਏ, ਉਹਦੀ ਰਜ਼ਾ 'ਚ ਜ਼ਰੂਰ ਕੁਛ ਭਲਾ, ਜ਼ਰੂਰ ਕੁਛ ਭਲਾ। ਸਿੰਘ ਸਾਹਿਬ ਬਲ ਸਰਕਾਰ ਦੇਖੀ, ਤੇਰੀ ਤੰਗੀ ਤਾਂ ਮੇਰੀ ਤੰਗੀ ਆ ਨਾ। ਬਿਲਕੁਲ ਜੀ, ਬਿਲਕੁਲ 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 ਜੀ, ਧੰਨਵਾਦ। ਤੁਸੀਂ ਉਹ ਚੰਡ ਦੇਣਾ ਬਸ, ਇਹ ਪਿਆਰ ਤੁਹਾਡਾ ਉਹਦਾ ਹੈ।